ਹਾਂਜੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ, ਮੈਂ ਤੁਹਾਡਾ ਆਪਣਾ ਸਹਿਬ ਸੰਧੂ। ਕਿਸਾਨ ਵੀਰੋ, ਅੱਜ ਆਪਾਂ ਆਏ ਸੀਗੇ ਮਲੋਟ ਕਿਸਾਨ ਮੇਲੇ ਤੇ। ਮਲੋਟ ਕਿਸਾਨ ਮੇਲੇ ਤੇ ਅੱਜ ਬਹੁਤ ਫਾਰਮਰ ਆਏ ਆ ਤੇ ਸਟਾਲਾਂ ਵੀ ਬਹੁਤ ਲੱਗੀਆਂ। ਆਪਾਂ ਕਿਸਾਨ ਵੀਰੋ ਸਭ ਤੋਂ ਪਹਿਲਾਂ ਤੁਹਾਨੂੰ ਸਟਾਲ ਵਿਖਾ ਰਹੇ ਹਾਂ, ਫੋਰਾਜਨ ਸੀਡ। ਫੋਰਾਜਨ ਜਨ ਸੀਡ ਦੇ ਬਹੁਤ ਵਧੀਆ ਪ੍ਰੋਡਕਟ ਆਉਂਦੇ ਆ। ਆਪਾਂ ਸਾਰੀ ਜਾਣਕਾਰੀ ਲਵਾਂਗੇ ਵੀ ਇਹਨਾਂ ਦੇ ਕਿਹੜੇ ਕਿਹੜੇ ਪ੍ਰੋਡਕਟ ਆਉਂਦੇ ਤੇ ਉਹਨਾਂ ਚ ਕੀ ਕੁਆਲਿਟੀ ਆ। ਆਪਣੇ ਨਾਲ ਹੋਣਗੇ ਡਾਕਟਰ ਸੁਰਿੰਦਰ ਸਿੰਘ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰੇ ਜੀ। ਆਓ ਬਾਈ ਜੀ, ਬਾਈ ਜੀ ਆਪਣਾ ਨਾਮ ਕੀ ਹੈ ਜੀ? ਮੇਰਾ ਨਾਮ ਵੀਰੇ ਸੁਰਿੰਦਰ ਕੁਮਾਰੀ। ਠੀਕ ਹੈ ਜੀ, ਤੇ ਆਪਣੀ ਕੰਪਨੀ ਬਾਰੇ ਦੱਸੋ ਜੀ। ਆਪਣੀ ਕੰਪਨੀ ਵੀਰੇ ਫੋਰਾਜਨ ਸੀਡ ਪ੍ਰਾਈਵੇਟ ਲਿਮਿਟਡ ਕੰਪਨੀ ਆ, ਜੋ ਪਿਛਲੇ 7 ਸਾਲ ਤੋਂ ਕੰਮ ਕਰਦੀ ਆ ਆਪਣੇ ਪੰਜਾਬ ਦੇ ਵਿੱਚ। ਠੀਕ ਹੈ ਜੀ। ਮਤਲਬ ਆਪਣਾ ਮੇਨ ਫੰਡਾ ਜੀ ਮਤਲਬ ਹਰੇ ਚਾਰੇ ਦੀ ਕੁਆਲਿਟੀ। ਠੀਕ ਹੈ ਬਾਈ, ਗਗਨਾ ਵਰਾ ਦਾ। ਠੀਕ ਹੈ ਜੀ। ਮਤਲਬ ਆਮ ਕੰਪਨੀਆਂ ਹੋ ਰਹੀਆਂ ਕੰਮ ਕਰਦੇ, ਸਾਡਾ ਮੇਨ ਮਕਸਦ ਹੈ ਪਸ਼ੂ ਨੂੰ ਚੰਗਾ ਹਰਾ ਚਾਰਾ ਦੇਣਾ, ਜਿਹਦੇ ਨਾਲ ਆਪਾਂ ਨੂੰ ਚੰਗਾ ਦੁੱਧ ਪ੍ਰਾਪਤ ਹੋਊਗਾ। ਠੀਕ ਹੈ ਬਈ। ਚੰਗਾ ਦੁੱਧ ਤਾਂ ਪ੍ਰਾਪਤ ਹੋਣਾ ਜੇ ਆਪਾਂ ਪਸ਼ੂ ਨੂੰ ਚੰਗਾ ਪਾਵਾਂਗੇ, ਪਸ਼ੂ ਹੈਲਥੀ ਰਹੂਗਾ ਜੀ। ਵਧੀਆ ਕੁਆਲਿਟੀ ਦੇ ਪੱਠੇ ਪਾਵਾਂਗੇ ਕੱਲ, ਬਹੁਤ ਵਧੀਆ ਜੀ। ਠੀਕ ਹੈ ਜੀ। ਤੇ ਬਾਈ ਜੀ, ਹੁਣ ਚਲੋ ਦੂਜਾ ਦਾ ਕੰਮ ਗਿਆ ਮੱਕੀਆਂ ਮੁੱਕੀਆਂ ਦਾ, ਤਾਂ ਹੁਣ ਆਪਣਾ ਜਿਹੜਾ ਆਉਣ ਵਾਲਾ ਸੀਜ਼ਨ ਹੈਗਾ, ਜਿਵੇਂ ਆਪਾਂ ਪਸ਼ੂਆਂ ਵਾਸਤੇ ਲੂਸਨ ਬੀਜਦੇ ਆ, ਜਮੀ ਬੀਜਦੇ ਆ ਜਾਂ ਰਾਈ ਘਾਹ, ਸਾਨੂੰ ਉਹ ਪ੍ਰੋਡਕਟ ਦੱਸੋ ਵੀ ਤੁਸੀਂ ਕਿਹੜੇ ਕਿਹੜੇ ਮਾਰਕੀਟ 'ਚ ਲੈ ਕੇ ਆਏ ਤੇ ਉਹਨਾਂ ਵਿੱਚ ਕੀ ਖਾਸ ਆ। ਮਤਲਬ ਪਹਿਲੇ ਨੰਬਰ ਤੇ ਆਪਣੀ ਆਉਂਦੀ ਹੈ ਜਵੀ ਆਉਂਦੀ ਹੈ ਜੀ। ਹਾਂਜੀ ਹਾਂਜੀ, ਕਨਾਲ ਦੀ 4 ਕਿਲੋ ਪੈਂਦੀ ਹੈ ਜੀ। ਠੀਕ ਹੈ ਜੀ। ਪ੍ਰੋਟੀਨ ਦੀ ਮਾਤਰਾ ਸਭ ਤੋਂ ਜ਼ਿਆਦਾ ਹੋਊਗੀ, 3 ਤੋਂ 4 ਘਟਾਈਆਂ ਦੇਊਗੀ। ਠੀਕ ਹੈ ਜੀ। ਆਮ ਜਵੀ ਨਾਲੋਂ ਇੰਪੋਰਟੈਂਟ ਬਾਹਰ ਦੀ ਆ, ਆਸਟ੍ਰੇਲੀਅਨ ਜਵੀ ਆ, ਮੋਟਾ ਨਾੜ ਹੋਊਗਾ, ਚੌੜਾ ਪੱਤਾ ਹੋਊਗਾ ਜੀ, ਐਂਡ ਤੱਕ ਹਰੀ ਦੀ ਹਰੀ ਰਹੂਗੀ। ਆਮ ਹੁੰਦੇ ਨਾ ਪਿੱਛੇ ਲੱਕੜਾਂ ਬਣ ਜਾਂਦੀਆਂ, ਇਦਾਂ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ, ਪੂਰੀ ਸੌਫਟ ਰਹੂਗੀ, ਫੁੱਲੀ ਰਹੂ, ਤੋਂ ਮਰਜ਼ੀ ਲੈਬ ਟੈਸਟ ਕਰਾ ਲਓ, ਪ੍ਰੋਟੀਨ ਦੀ ਮਾਤਰਾ ਫੁੱਲ ਵਰਾ ਫੁੱਲ ਹੋਊਗੀ। ਓਕੇ ਜੀ। ਹਾਂਜੀ, ਇਸ ਤੋਂ ਬਾਅਦ ਆਪਣਾ ਆ ਗਿਆ ਹਾੜੂ ਬਰਸੀਨ। ਬੜੇ ਕਿਸਾਨ ਮੇਰਾ ਨਾ ਮੈਸੇਜ ਆਉਂਦਾ ਵੀ ਸਾਨੂੰ ਹਾੜੂ ਨਹੀਂ ਮਿਲਦਾ ਜੀ। ਹਾਂਜੀ, ਆਪਣਾ ਕੰਪਨੀ ਦਾ ਫੋਰਾਜਿਨ ਦਾ ਹਾੜੂ ਨਾਮ ਤੇ ਆਉਂਦਾ ਬਾਈ ਨੇਮ, ਬਹੁਤ ਚੰਗੀ ਕੁਆਲਿਟੀ ਆ, ਪਤਲੇ ਨਾੜ ਵਾਲਾ ਹੋਊਗਾ, ਐਂਡ ਤੱਕ ਚੱਲੂਗਾ ਜੀ। ਕਿ ਨਾ ਇਹਨੂੰ ਕੀੜੀ ਸੁੰਦੀ ਦੀ ਪਾਊਗੀ, ਆਮ ਹੁੰਦਾ ਨਾ ਸੁੰਦੀ ਦੀ ਬਹੁਤ ਆਉਂਦੀ ਪ੍ਰੋਬਲਮ ਆ ਜਾਂਦੀ ਹੈ, ਇਹਨੂੰ ਬੜੀ ਪ੍ਰੋਬਲਮ ਆਉਂਦੀ ਹੈ। ਠੀਕ ਹੈ ਜੀ। ਤੇ ਬਾਈ ਜੀ, ਅਸੀਂ ਦੋ ਕਿੰਨੇ ਕਨਾਲ ਦੇ ਕਨਾਲ ਦੀ ਪਊਗੀ? ਠੀਕ ਹੈ ਜੀ। ਇਹਦੇ ਨਾਲ ਖਾਦ ਜ਼ਮੀਨਦਾਰ ਕਿਹੜੀ ਪਾ ਸਕਦੇ? ਥੱਲੇ ਡੀਏਪੀ ਦੇ ਛਿੱਟਾ ਦੇ ਦਿਓ ਜੀ, ਕਨਾਲ ਦਾ 4-5 ਕਿਲੋ ਡੀਏਪੀ ਦੇ ਦਿਓ ਜੀ। ਠੀਕ ਹੈ ਬਾਈ। ਹਾਂਜੀ, ਉਸ ਤੋਂ ਬਾਅਦ ਆਪਣੀ ਆਉਂਦੀ ਹੈ ਇੱਕ ਬਾਰ ਬਾਰ ਨਾਮ ਤੇ ਆਉਂਦੀ ਹੈ ਬਰਸੀਨ। ਬਰਸੀਨ, ਠੀਕ ਹੈ, ਇਹ ਵੀ ਇੱਕ ਬਰਸੀਨ ਹੈ, ਇਹ ਮੋਟੇ ਨਾੜ ਵਾਲੀ ਹੈ, ਜਿਹੜੇ ਕਿਸਾਨ ਵੀਰਾਂ ਥੋੜੀ ਜਲਦੀ ਚਾਹੀਦੀ ਹੈ, ਇਹ ਬੜੀ ਜਲਦੀ ਤਿਆਰ ਹੋ ਗਈ, ਬਹੁਤ ਮਾਰਜਾਈ ਪਾਉਂਦਾ ਜੀ ਇਹਦਾ। ਠੀਕ ਹੈ ਜੀ। ਇਹ ਕਟਾਈ ਇੰਗਲਿਸ਼ ਦੇ ਕਟਾਈਆਂ ਬਈ ਜੀ, ਆੜੂ ਨਾਲੋਂ 1-2 ਕਟਾਈਆਂ ਘੱਟ ਹੋਣਗੀਆਂ, ਪਹਿਲਾਂ ਖਤਮ ਹੋ ਗਈ। ਠੀਕ ਹੈ ਜੀ, ਜਲਦੀ ਤਿਆਰ ਹੁੰਦਾ ਜੀ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਕਿਸਾਨ ਵੀ ਬਹੁਤ ਕਹਿੰਦੇ ਘੋੜੀਆਂ ਤੇ ਸਪੈਸ਼ਲ ਲੂਸਨ ਚਾਹੀਦਾ, ਘੋੜੀਆਂ ਲੂਸਨ, ਘੋੜੀਆਂ ਦੇ ਸਪੈਸ਼ਲ ਚਾਰੇ ਲਈ ਆਪਣਾ ਲੂਸਨ ਦੀ ਸਾਰੀ ਕੁਆਲਿਟੀ ਬਹੁਤ ਚੰਗੀ ਆ। ਲੂਸਨ ਦੋ ਤਰ੍ਹਾਂ ਦਾ ਆਉਂਦਾ ਜੀ, ਆਪਣਾ ਕੀ ਰੇਟ ਦਾ ਜੀ? ਆ ਸਾਲ ਪਰ ਚੱਲੀ ਜਾਊਗਾ ਜੀ। ਠੀਕ ਹੈ ਜੀ। ਇਹ ਤਾਂ ਮੈਕਸ ਪ੍ਰੋ ਆ ਗਿਆ, ਇਹ ਵੀ ਇੱਕ ਮਾਤਰਾ ਜੀ, ਇਹਦਾ ਵੀ ਬਹੁਤ ਵਧੀਆ ਰਿਜ਼ਲਟ ਜੀ। ਹਾਂਜੀ, ਦੂਸਰਾ ਹੋ ਗਿਆ, ਆਹ ਲੰਬਾ ਟਾਈਮ ਚੱਲੂਗਾ ਜੀ, ਸਾਲ ਭਰ ਚੱਲੀ ਜਾਊਗਾ, ਆਹ ਥੋੜਾ ਮੇਰੇ ਘੱਟ ਟਾਈਮ ਚੱਲੂਗਾ ਜੀ। ਹਾਂਜੀ, ਤੇ ਇੰਦਰੋਂ ਇਲਾਵਾ ਇੱਕ ਆਪਣੀ ਆਉਂਦੀ ਆ ਕੰਪਾਸ ਚਵੀ ਆਉਂਦੀ ਆ, ਜੋ ਹਾਲੇ ਮਾਰਕੀਟ ਚ ਨਹੀਂ ਆਈ, ਬਹੁਤ ਸੋਹਣਾ ਰਿਜ਼ਲਟ ਜੀ, 4-5 ਕਟਾਈਆਂ ਦੇਊਗੀ, ਤੇ ਮੋਟਾ ਨਾੜ ਹੋਊਗਾ, ਚੌੜਾ ਪੱਤਾ ਹੋਊਗਾ ਜੀ, ਆਮ ਜਮੀਆਂ ਨਾਲੋਂ ਬਹੁਤ ਵਧੀਆ ਜੀ, ਆਪਣੇ ਫਾਰਮਰ ਬਹੁਤ ਦੂਰ ਦੂਰ ਤੋਂ ਦੇਖ ਰਹੇ ਆ ਤੁਸੀਂ ਨੰਬਰ ਜਾਂ ਮਾਰਕੀਟ ਦੇ ਵਿੱਚ, ਮਤਲਬ ਹਰੇਕ ਜ਼ਿਲ੍ਹੇ ਦੇ ਵਿੱਚ, ਹਰੇਕ ਮਾਰਕੀਟ ਦੇ ਵਿੱਚ ਆਪਣਾ ਡਿਸਟ੍ਰੀਬਿਊਟਰ ਹੈਗੇ ਆ, ਰਿਟੇਲਰ ਹੈਗੇ,
ਗੁਰਪੁਰ ਵਿੱਚ ਹੈਗਾ ਨਿਸ਼ਾਦ ਕਾਰਪੋਰੇਸ਼ਨ, ਫਿਰੋਜ਼ਪੁਰ ਦੇ ਵਿੱਚ ਹੈਗਾ ਦੁਰਗਾ ਸੀਡ ਸਟੋਰੀ, ਤੇ ਮੋਗੇ ਹੈਗਾ ਬੰਟੀ ਸੀਡ ਸਟੋਰੀ। ਏਦਾਂ ਕਰਕੇ ਨਾ ਹਰੇਕ ਮਾਰਕੀਟ ਦੇ ਵਿੱਚ ਆਪਾਂ ਨੂੰ ਹਰੇਕ ਡਿਸਟ੍ਰਿਬਿਊਟਰ ਮਿਲੂਗਾ, ਹਰੇਕ ਰਿਟੇਲਰ ਮਿਲੂਗਾ, ਹਰੇਕ ਦੁਕਾਨ ਤੋਂ ਆਪਣਾ ਸੀਡ ਮਿਲੂਗਾ। ਬਾਕੀ ਕਿਸਾਨ ਵੀਰੋ, ਜੇਕਰ ਤੁਸੀਂ ਵੀ ਆਪਣੇ ਕੰਪਨੀ ਦੇ ਸੀਡ ਵਰਤਦੇ ਹੋ ਤਾਂ ਉਹਦੇ ਵਿੱਚ ਜ਼ਰੂਰ ਦੱਸੋ ਵੀ ਕਿੱਦਾਂ ਦੇ ਸੀਡ ਹੈ। ਬਾਕੀ ਬਹੁਤ ਵਧੀਆ ਕੰਪਨੀ ਹੈ, ਬਾਈ ਜੀ ਨੇ ਦੱਸਿਆ ਇਹਨਾਂ ਦਾ ਮਾਲ ਵੀ ਮਾਰਕੀਟ 'ਚ ਬਹੁਤ ਵਿਕ ਰਿਹਾ ਹੈ। ਬਾਕੀ ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਮੇਰਾ ਨਾਮ ਸੁਰਿੰਦਰ, ਮੈਂ ਸਾਰੇ ਜਿੰਦਾਂ ਦਾ ਧੰਨਵਾਦ ਕਰਦਾ। ਮੇਰਾ ਨਾਮ ਹੈਗਾ, ਮੇਰਾ ਨੰਬਰ 88 27 100 34। ਜੇ ਕਿਸੇ ਕਿਸਾਨ ਵੀਰ ਨੇ ਕੋਈ ਵੀ ਕੁਐਸਚਨ ਹੋਵੇ ਕਿਸੇ ਜਾਰ ਜਾਂ ਵਿੰਟਰ ਪ੍ਰੋਡਕਟ ਬਾਰੇ ਪੁੱਛਣਾ, ਜਦੋਂ ਮਰਜ਼ੀ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਠੀਕ ਹੈ ਭਾਈ ਜੀ, ਠੀਕ ਹੈ, ਧੰਨਵਾਦ ਤੁਹਾਡਾ, ਸਤਿ ਸ਼੍ਰੀ ਅਕਾਲ।